नमस्कार, स्वागत है आपका। मैं हूं आपके साथ अनाया शर्मा। शुरुआत करेंगे पंजाब की खबरों के साथ। मिशन स्वस्थ पंजाब के तहत पंजाब इंस्टीट्यूट ऑफ लिवर एंड बिलियरी साइंसेज की बड़ी सौगात मिली है। मुख्यमंत्री भगवंत मान ने मोहाली में एंडोस्कोपी, फाइब्रोस्कैन, एंडोस्कोपिक अल्ट्रासाउंड की सुविधा देने वाला पहला सरकारी संगठन का उद्घाटन किया है। संस्थान सभी सरकारी अस्पतालों को टेलीमेडिसिन सेवाएं प्रदान करेगा। वहीं मुख्यमंत्री ने खाद्य एवं औषधि प्रशासन के मुख्यालय का भी उद्घाटन किया है। इसी के साथ चार जोनल कार्यालय भी जनता को समर्पित किए गए हैं। टेलीमेडिसिन की सेवाएं अब सरकारी अस्पतालों को प्रदान की जाएगी। आपको बता दें कि मुख्यमंत्री द्वारा आज इसका उद्घाटन किया गया है, मोहाली में उद्घाटन किया गया है और मुख्यमंत्री के द्वारा उद्घाटन हुआ है। अमृतसर में एक बुजुर्ग की मौत हो गई है। मरने वाले का नाम विजय खन्ना बताया जा रहा है। बता दें कि ये कयास लगाए जा रहे हैं कि बुजुर्ग की हत्या की गई है। ये पूरा मामला मजिटा रोड गोपाल नगर का बताया जा रहा है। इथे एक सीनियर सिटीजन ने बाय द नेम ऑफ विजय खन्ना ਉਹਨਾਂ ਦੀ ਜਿਹੜੀ ਹੈਗੀ ਉੱਥੇ ਘਰੇ ਦਰਵਾਜ਼ਾ ਨਹੀਂ ਖੋਲਦੇ ਪਏ ਐਂਡ ਦੈਨ ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੋਟ ਅਤੇ ਉੱਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਈਮਾ ਫੇਸਿੰਗ ਉਹ ਮਰਡਰ ਹੋ ਗਿਆ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਅਤੇ ਦੇਖਦੇ ਹਾਂ ਕਿ ਇਹ 'ਚ ਬਹੁਤ ਛੇਤੀ ਕਰਨਾ ਦੇਖੋ ਜੀ ਹਲੇ ਤਾਂ ਬਹੁਤ ਪ੍ਰਾਈਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਊਗੀ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਅਸੀਂ ਸਵੇਰੇ ਆਏ ਹਾਂ ਬਸ ਸਵੇਰੇ ਪਤਾ ਲੱਗਾ ਸਾਨੂੰ ਸਾਢੇ 4 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤੇ ਫਿਰ ਅਸੀਂ ਬੂਹਾ ਬੂਹਾ ਖੜਕਾਇਆ ਕਿ ਇਹਨੇ ਖੋਲਿਆ ਨਹੀਂ ਦਰਵਾਜ਼ਾ ਫਿਰ ਕਿਹੜੀ ਜਗ੍ਹਾ ਹੈ ਇਹ ਸੀ ਸਰ ਰੋਡ ਗੋਪਾਲ ਨਗਰ 3 ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਹਾਂ ਹਾਂ 3 ਸਾਲ ਛੱਡ ਗਏ ਤੁਸੀਂ ਅੱਛਾ ਕੀ ਗੱਲ ਫਰ ਕੋਣ ਇੱਥੇ ਕੱਲਾ ਬੰਦੇ ਕੀ ਗੱਲ ਬਾਤ ਹੈ ਇੱਥੇ ਨਾਲ ਦੇ ਘਰ ਵਿੱਚ ਕੋਈ ਆਵਾਜ਼ ਆਈ ਸੀ ਕਿਸੇ ਨੂੰ ਸਾਢੇ 4 ਵਜੇ ਦੇ ਕੋਈ ਆਰੀ ਮਾਰਦਾ ਪਿਆ ਕੋਈ ਇਸ ਜਗ੍ਹਾ ਤੇ ਤੇ ਫਿਰ ਉਹ ਆਵਾਜ਼ ਵੂਜ਼ ਲਗਾਈ ਕਿਸੇ ਨੇ ਪਰ ਕੋਈ ਆਇਆ ਨਹੀਂ ਬਾਹਰ ਭਈਆ ਇੱਥੇ 3:30 ਵਜੇ ਦੇ ਆਏ ਹੋਏ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕ ਸਾਈਡ ਤੇ ਆ ਰਹੀ ਸੀ ਤੇ ਇਸ ਤੋਂ ਬਾਅਦ 4:15 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ ਉਹਨੇ ਦੋਨੋਂ ਗੇਟ ਕ੍ਰੋਸ ਕੀਤੇ ਹੈ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹਨਾਂ ਨੇ ਆਪਸ ਚ ਕੁਝ ਕਨਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਸੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਮੁੰਡਾ ਚਲਾ ਗਿਆ ਇਸ ਤੋਂ ਬਾਅਦ गुरदासपुर टीम के साथ संयुक्त ऑपरेशन के दौरान एक तस्कर को आधा किलो हीरोइन के साथ गिरफ्तार किया गया है। इस मामले में जानकारी देते हुए स्टेट स्पेशल ऑपरेशन सेल अमृतसर के इंस्पेक्टर अमनदीप सिंह ने बताया कि पाकिस्तान के अजनाला का रहने वाला हरमित सिंह तस्करों के संपर्क में है और भारत पाकिस्तान सीमा पर हीरोइन तस्करी से सक्रिय है और उन्होंने आगे बताया कि सूचना मिली थी कि हरमित सिंह ने पाकिस्तान के तस्करों से हीरोइन की एक बड़ी खेप मंगवाई थी और पुलिस अधिकारियों ने यह भी कहा कि उन्हें सूचना मिली थी कि हरमित सिंह अपनी कार में अजनाला रामदास रोड पर गांव दयाल भट्टी में नशीली दवाओं की आपूर्ति कर रहा था।
ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ, ਇਹਦੇ ਸਾਥੀ ਸੋਨਾ ਅਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦ ਪਾਕ ਬਾਰਡਰ ਤੋਂ ਹੀਰੋਇਨ ਦੀ ਇੱਕ ਖੇਪ ਮਿਲੀ ਹੈ ਅਤੇ ਮਾਨਯੋਗ ਸੀਨੀਅਰ ਅਫਸਰਾਂ ਦੀ ਨੌਲੇਜ 'ਚ ਲਿਆ ਕੇ ਅਤੇ ਰਮਦਾਸ ਅਜਨਾਲਾ ਰੋਡ 'ਤੇ ਨਾਕਾ ਲਾਇਆ ਗਿਆ ਅਤੇ BSF ਅਤੇ CI ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਓਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਿਸ ਵਿੱਚੋਂ ਜਿਹੜਾ ਵਾ ਉਹ ਅੱਧਾ ਕਿਲੋ ਹੀਰੋਇਨ ਰਿਕਵਰ ਹੋਈ ਹੈ ਅਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਹਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਹਾਂ ਅਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਇਹ ਅਜਨਾਲਾ ਰਮਦਾਸ ਰੋਡ ਤੋਂ ਕਿਆ ਪੀਛੇ ਕਰ ਲੋ ਉਸਮੇ। ਨਹੀਂ ਦੇਖ ਰਹੇ। ਪੁਲਿਸ ਨੇ ਗ੍ਰਿਫਤਾਰ ਕੀਆ ਹੈ। ਪੁਲਿਸ ਕੀ ਲਗਾਤਾਰ ਨਸ਼ਾ ਕੇ ਖਿਲਾਫ ਕਾਰਵਾਈ ਜਾਰੀ ਹੈ ਔਰ ਪੁਲਿਸ ਨੇ ਇਹ ਵੀ ਜਾਣਕਾਰੀ ਦੀ ਹੈ ਕਿ ਪਾਕਿਸਤਾਨ ਸੀਮਾ ਸੇ ਤਸਕਰੀ ਲਗਾਤਾਰ ਜਾਰੀ ਥੀ ਜਿਨ ਪਰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ, ਇਹਦੇ ਸਾਥੀ ਸੋਨਾ ਅਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦ ਪਾਕ ਬਾਰਡਰ ਤੋਂ ਹੀਰੋਇਨ ਦੀ ਇੱਕ ਖੇਪ ਮਿਲੀ ਹੈ ਅਤੇ ਮਾਨਯੋਗ ਸੀਨੀਅਰ ਅਫਸਰਾਂ ਦੀ ਨੌਲੇਜ 'ਚ ਲਿਆ ਕੇ ਅਤੇ ਰਮਦਾਸ ਅਜਨਾਲਾ ਰੋਡ 'ਤੇ ਨਾਕਾ ਲਾਇਆ ਗਿਆ ਅਤੇ BSF ਅਤੇ CI ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਓਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਿਸ ਵਿੱਚੋਂ ਜਿਹੜਾ ਵਾ ਉਹ ਅੱਧਾ ਕਿਲੋ ਹੀਰੋਇਨ ਰਿਕਵਰ ਹੋਈ ਹੈ ਅਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਹਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਹਾਂ ਅਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਇਹ ਅਜਨਾਲਾ ਰਮਦਾਸ ਰੋਡ ਤੋਂ। लामड़ा बाजार स्थित पंजाब नेशनल बैंक के ATM से चोरी का प्रयास किया गया। खबर जालंधर से है जहां कार में आए चोरों ने ATM को गैस कटर से काट दिया, फिर चोरों ने ATM में घुसकर चोरी का प्रयास किया। हालांकि हाई सिक्योरिटी सिस्टम और लामड़ा बाजार के सिक्योरिटी गार्ड की सूझबूझ से चोरी होने से बच गई। बैंक मैनेजर ने जानकारी देते हुए बताया कि कोई नुकसान नहीं हुआ है और उन्होंने लामड़ा पुलिस को इसकी जानकारी दे दी है। ਕਰੀਬ 2:32 ਦੇ ਚੌਕੀਦਾਰ ਦਾ ਫੋਨ ਆਇਆ ਕਿ ਪੰਜਾਬ ਨੈਸ਼ਨਲ ਬੈਂਕ ਦੇ ATM ਵਿੱਚ ਕੁਛ ਅਣਪਛਾਤੇ ਵਿਅਕਤੀ ਜਿਹੜੇ ਆ ਉਹ ਚੋਰੀ ਕਰਨ ਦੀ ਰੀਤ ਨਾਲ ਦਾਖਲ ਹੋਏ।
ਤੇ ਜਸਟ ਸਾਡੇ ਡਿਊਟੀ ਅਫਸਰ ਏ ਸੀ ਕਰਨੈਲ ਸਿੰਘ ਗੁਰਜਿੰਦਰ ਸਿੰਘ ਉਸੇ ਟਾਈਮ ਚਲੇ ਗਏ, ਪਰ ਜਦੋਂ ਤੱਕ ਸਾਡੀ ਪੁਲਿਸ ਪਾਰਟੀ ਗਈ ਉਦੋਂ ਤੱਕ ਉਹ ਜਿਹੜੇ ਸਾਰਾ ਕੁਛ ਲੈ ਕੇ ਅਤੇ ਮੌਕੇ ਤੋਂ ਭੱਜ ਚੁੱਕੇ ਸੀ। ਇਹਦੇ ਸੰਬੰਧ 'ਚ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਅਤੇ ਜਿਹੜੇ ਜਿੱਧਰਲੇ ਪਾਸੇ ਨੂੰ ਉਹ ਗੱਡੀ ਗਈ ਅਤੇ ਕੋਤਵਾਲੀ ਸਾਈਡ ਨੂੰ ਉਧਰਲੇ ਪਾਸੇ ਦੇ ਸਾਰੇ ਜਿਹੜੇ ਆ ਸੀ ਸੀ ਟੀ ਵੀ ਕੈਮਰੇ ਖੁੰਘਾ ਰਹੇ ਹਾਂ, ਜਲਦ ਤੋਂ ਜਲਦ ਟਰੇਸ ਕੀਤਾ ਜਾਏ। ਸਰ ਕੈਸ਼ ਦਾ ਕੋਈ ਕੈਸ਼ ਦਾ ਕੋਈ ਲੋਸ ਨਹੀਂ ਹੋਇਆ, ਜਿੰਨਾ ਚਿਰ ਉਹਨਾਂ ਕੈਸ਼ ਤੱਕ ਪਹੁੰਚ ਰਹੇ ਸੀ ਉਦੋਂ ਤੱਕ ਤਾਂ ਅਸੀਂ ਚੱਲ ਗਏ ਉੱਥੇ, ਪੁਲਿਸ ਸਾਡੀ ਪਾਰਟੀ ਚੱਲ ਗਈ ਅਤੇ ਇਸ ਕਰਕੇ ਉਹ ਵਿੱਚੇ ਛੱਡ ਕੇ ਜਿਹੜਾ ਦੂਰਾ ਕੰਮ ਛੱਡ ਕੇ ਉਹਨਾਂ ਨੂੰ ਕਾਮਯਾਬ ਜਿਵੇਂ ਆਪਣੇ ਮਕਸਦ ਦੇ ਵਿੱਚ, ਅਤੇ ਸਾਡੀ ਪੁਲਿਸ ਪਾਰਟੀ ਟਾਈਮ ਮਤਲਬ ਇਨ ਟਾਈਮ ਚੱਲ ਗਈ, ਉਹ ਜਦੋਂ ਵੇਖਿਆ ਪੁਲਿਸ ਆ ਰਹੀ ਹੈ ਅਤੇ ਭੱਜ ਗਈ। खबर अमृतसर से है जहां पुलिस को नशे के खिलाफ बड़ी कामयाबी हासिल हुई है। पुलिस ने एक महीने के भीतर दूसरे रैकेट का भंडाफोड़ किया है, साथ ही 45 लाख रुपए के साथ एक शख्स को भी गिरफ्तार किया है। पुलिस अधिकारी ने बताया कि वो अमृतसर के नामक मंडी का रहने वाला है, वो दुकान का काम करता है। वहीं गिरफ्तार आरोपी से कड़ी पूछताछ में बड़े खुलासे होने की भी संभावना है। फिलहाल आरोपी को माननीय अदालत में पेश कर उसका रिमांड हासिल किया जाएगा। ਸਾਹਿਬ ਦੇ ਹੁਕਮ ਐਂਡ ਸਰ ਸਤਿੰਦਰ ਸਿੰਘ IPS SSP ਅੰਮ੍ਰਿਤਸਰ ਰੂਰਲ ਦੀਆਂ ਹਦਾਇਤਾਂ ਦੇ ਉੱਤੇ DSP ਅਟਾਰੀ ਅਤੇ SHO ਘਰਿੰਡਾ ਨੇ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮੁਕੱਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/2/24 ਨੂੰ, ਜਿਹਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਸ਼ੀ ਨਾਂ ਦਾ ਜਿਹੜਾ ਮੁਲਜ਼ਮ ਸੀ ਉਹਨੂੰ ਗ੍ਰਿਫਤਾਰ ਕੀਤਾ ਸੀ, ਜਿਹਦੇ ਕੋਲੋਂ 0.5 ਕਿਲੋ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਸੀਗੀ। ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਵੀ ਇਹ ਜਿਹੜੀ ਹੀਰੋਇਨ ਹੈਗੀ ਆ ਇਹ ਮੈਂ ਜਿਹੜਾ ਗੁਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰਿੰਡਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ। ਉਹਨੂੰ ਜਦੋਂ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 0.5 ਕਿਲੋ ਹੀਰੋਇਨ ਅਤੇ 50,000 ਰੁਪਇਆ ਜਿਹੜੀ ਡਰੱਗ ਮਨੀ। पंजाब सरकार आम जनता को सस्ते दाम पर रेत की सप्लाई करने के लिए वचनबद्ध है, जिसको लेकर पंजाब सरकार की ओर से पंजाब में 12 जगह पर रेत की खड़ा खोली गई है। इस मौके पर गांव केला में धर्मकोट के विधायक दविंदरजीत सिंह लाड़ी डोस और मोगा के डिप्टी कमिश्नर ने खड़ का उद्घाटन किया। इस दौरान भारी संख्या में गंगवासी भी हाजिर थे। ਇੱਕ ਜਨਤਕ ਰੇਤਾ ਦੀ ਖੱਡ ਦਾ ਉਦਘਾਟਨ ਕੀਤਾ ਗਿਆ। ਮੇਰੇ ਨਾਲ DC ਸਾਹਿਬ, DC ਮੋਗਾ ਸਰਦਾਰ ਕੁਲਵੰਤ ਸਿੰਘ ਜੀ, ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਆ। ਮੈਂ ਧੰਨਵਾਦੀ ਹਾਂ ਮਾਨ ਸਾਹਿਬ ਦਾ, ਕਿਉਂਕਿ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਰੇਤਾ ਤੁਹਾਨੂੰ ਮੈਂ ਫ੍ਰੀ ਦੇ ਭਾਅ ਚੁਕਾਇਆ ਕਰੂੰਗਾ। 5.5 ਰੁਪਈਏ ਜਿਹੜੇ ਹੈਗੇ ਆ ਪਰ ਕਿਊਬਿਕ ਫੁੱਟ, ਅੱਜ ਜਨਤਕ ਖੱਡ ਦਾ ਉਦਘਾਟਨ ਹੋਇਆ ਪਿੰਡ ਕੈਲੇ ਦੇ ਵਿੱਚ। ਅੱਗੇ ਵੀ 4 ਖੱਡਾਂ ਹਲਕਾ ਧਰਮਕੋਟ ਦੇ ਵਿੱਚ ਚੱਲ ਰਹੀਆਂ ਨੇ ਅਤੇ ਅੱਜ 5ਵੀਂ ਖੱਡ ਦਾ ਉਦਘਾਟਨ ਕੀਤਾ। ਮੈਂ ਧੰਨਵਾਦੀ ਹਾਂ ਮਾਨ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਇਹ ਲੋਕਾਂ ਵਾਸਤੇ, ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਐਡਾ ਵੱਡਾ ਉਪਰਾਲਾ ਕਰ ਰਹੇ ਨੇ। ਸੋ ਇਹ ਜਿਹੜੀ ਖੱਡ ਹੈ ਇਹ ਤਕਰੀਬਨ 7.25 ਕਿੱਲਿਆਂ ਦੇ ਵਿੱਚ ਖੱਡ ਹੈ ਅਤੇ 1 ਸਾਲ ਦੀ ਬੁਨਿਆਦ ਹੈ। ਸੋ ਜਿਹਦੇ ਨਾਲ ਹਲਕਾ ਧਰਮਕੋਟ ਕੀ ਸਾਰੇ ਜ਼ਿਲ੍ਹੇ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਊਗਾ, ਬੜਾ ਫਾਇਦਾ ਹੋਊਗਾ। ਮੈਂ ਜਿੰਨੇ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਪੈਸ਼ਲ ਤੌਰ 'ਤੇ ਧੰਨਵਾਦ ਕਰਦਾ ਪ੍ਰੈਸ ਦਾ ਜਿਹੜੇ ਕਿ ਆਪਦੇ ਵਿਸ਼ੇਸ਼ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ। किसानों के हक में कांग्रेस पार्टी की ओर से ट्रैक्टर मार्च का शुरुआत किया जा रहा है। पंजाब भर में कांग्रेस पार्टी के वर्कर ट्रैक्टर मार्च निकाल रहे हैं। वहीं मोगा में भी बॉलीवुड स्टार सोनू सूद की वाहन
मालविका सूद कांग्रेस हलका इंचार्ज की अगुवाई में मोगा की दाना मंजी से ट्रैक्टर मार्च निकाला जा रहा है। ਅਸੀਂ ਸਾਡੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਜਿਹੜੀ ਹੈਗੀ ਟਰੈਕਟਰ ਰੈਲੀ ਕੱਢ ਰਹੇ। ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਹਿਦਾਇਤਾਂ ਸੀਗੀਆਂ ਕਿ ਜ਼ਰੂਰ ਇਹ ਆਵਾਜ਼ ਉਠਾਉਣੀ ਚਾਹੀਦੀ ਆਪਣੇ ਕਿਸਾਨ ਭਰਾਵਾਂ ਲਈ। ਔਰ ਮੈਨੂੰ ਮਾਣ ਹੈ ਕਿ ਵੱਖ ਵੱਖ ਪਿੰਡਾਂ ਤੋਂ ਸਾਡੇ ਜਿਹੜੇ ਸਰਪੰਚ ਹੈ, ਪੰਚ ਹੈ, ਪੰਚਾਇਤੀ ਮੈਂਬਰਸ ਹੈ ਔਰ ਵਲੰਟੀਅਰਸ ਹੈ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਦਿਨ ਰਾਤ ਇੱਕ ਕਰਦੇ। ਔਰ ਬਹੁਤ ਸਾਰੇ ਇੱਥੇ ਕਿਸਾਨ ਵੀ ਹੈ ਜਿਹੜੇ ਦਿਲੋਂ ਦੁਖੀ ਹੈਗੇ, ਅੱਜ ਉਹਨਾਂ ਦੀ ਆਵਾਜ਼ ਅਸੀਂ ਉਠਾਉਣ ਆਏ ਹਾਂ ਆਪਣੇ ਮੋਗੇ ਸ਼ਹਿਰ ਦੇ ਵਿੱਚ। ਜਿਹੜੀ ਤੁਸੀਂ ਰੈਲੀ ਕੱਢ ਰਹੇ ਹਲਕਾ ਪੱਧਰੀ ਕੱਢ ਰਹੇ ਡਿਸਟ੍ਰਿਕਟ? ਨਹੀਂ, ਇਹ ਹਲਕਾ ਪੱਧਰੀ ਕੱਢ ਰਹੇ, ਹਰ ਹਲਕੇ ਦੇ ਵਿੱਚ ਅੱਜ ਕਾਂਗਰਸ ਕਮੇਟੀ ਵੱਲੋਂ ਇਹ ਰੈਲੀ ਕੱਢੀ ਜਾਊਗੀ ਕਿਸਾਨ ਭਰਾਵਾਂ ਲਈ। ਕਿੱਥੇ ਕਿੱਥੇ ਜਾ ਰਹੇ ਮੈਮ ਟਰੈਕਟਰ ਮਾਰ? ਅੱਜ ਜਿਹੜਾ ਹੈਗਾ ਸਾਡਾ ਮੋਗਾ ਦਾ ਰੂਟ ਹੈਗਾ ਵਾ, ਅਸੀਂ ਬੁੱਗੀਪੁਰਾ ਚੌਂਕ ਤੱਕ ਜਾਵਾਂਗੇ ਔਰ ਉੱਥੋਂ ਵਾਪਸ ਮੰਡੀ ਦੇ ਵਿੱਚ ਆਵਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜੀ ਆਵਾਜ਼ ਉਠਾਈ ਹੈ ਕਿਸਾਨਾਂ ਲਈ ਉਹ ਹਰ ਕੋਈ ਜਿਹੜਾ ਘਰੇ ਬੈਠਾ ਹੈ। ਅੱਜ ਸਾਡੀ ਸਾਰੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਸਾਡੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਸਾਡੇ ਸਾਰੇ ਅੱਜ ਇੱਥੇ ਕਾਂਗਰਸੀ ਵੀਰ ਪਹੁੰਚੇ ਆ। ਅੱਜ ਅਸੀਂ ਟਰੈਕਟਰ ਮਾਰਚ ਕਿਸਾਨਾਂ ਦੇ ਹੱਕ ਲਈ ਕੱਢ ਰਹੇ ਹਾਂ ਤਾਂ ਕਿ ਉਹਨਾਂ ਦੀ ਹੌਸਲਾ ਨੂੰ ਵਧਾ ਸਕੀਏ ਅਤੇ ਨਾਲ ਉਹਨਾਂ ਦੇ ਮਤਲਬ ਕਿ ਪੂਰਾ ਇੱਕ ਹਰ ਇੱਕ ਪਾਸਿਓਂ ਨਾਲ ਉਹਨਾਂ ਦੇ ਅਸੀਂ ਪੂਰਾ ਹੁਮਾ ਕੇ ਨਾਲ ਪਹੁੰਚਾਂਗੇ। ਬਾਰਡਰ 'ਤੇ ਵੀ ਜਾ ਰਹੇ ਹਾਂ, ਸਾਡੇ ਸਾਰੇ ਕਿਸਾਨੀ ਵੀਰ ਉੱਥੇ ਵੀ ਪਹੁੰਚੇ ਹੋਏ ਆ ਅਤੇ ਅੱਜ ਅਸੀਂ ਇਹਦੇ ਨਾਲ ਵੀ ਹੌਸਲਾ ਅਫਜਾਈ ਕਰ ਰਹੇ ਹਾਂ। ਕਿੰਨੇ ਟਰੈਕਟਰ ਨੇ ਜਿਹੜੇ ਤੁਸੀਂ ਇੱਥੇ? ਤਕਰੀਬਨ 70 ਅਸੀਂ ਪਹੁੰਚ ਚੁੱਕੇ ਹਾਂ ਜੀ, ਹੋਰ ਅਜੇ ਇੱਥੇ ਟਰੈਕਟਰ ਪਿੰਡਾਂ 'ਚੋਂ ਆ ਰਹੇ ਆ ਸਾਡੇ ਇੱਥੇ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਤਾਂ ਇਹ ਹੈ ਜੀ, ਕੇਂਦਰ ਸਰਕਾਰ ਜੋ ਕਿਸਾਨਾਂ ਨਾਲ ਧੱਕਾਸ਼ਾਹੀ ਕਰ ਰਹੀ ਹੈ, ਜੋ ਉੱਥੇ ਬਾਰਡਰ 'ਤੇ ਹਾਲਾਤ ਉਹਨਾਂ ਨੇ ਕੀਤੇ ਹੋਏ ਆ, ਅਸੀਂ ਉਸ ਚੀਜ਼ ਨੂੰ ਨਾਲ ਲੈ ਕੇ ਉਹਨਾਂ ਦੇ ਹੌਸਲੇ ਨਾਲ ਹੀ ਕਰ ਰਹੇ ਹਾਂ ਕਿ ਅਸੀਂ ਸਾਰੇ ਇੱਕ ਦੂਜੇ ਦੇ ਸਾਥ ਨਾਲ ਇਸ ਮੋਰਚੇ ਨੂੰ ਫਤਿਹ ਕਰਾਂਗੇ। ਜਿਹੜਾ ਨੌਜਵਾਨ ਅਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਸ਼ਹੀਦ ਹੋਇਆ ਉਹਦੇ ਬਾਰੇ? आज स्थानीय बटाला क्लब में शिरोमणि अकाली दल के हल्का प्रभारी नरेश महाजन जी के नेतृत्व में एक विशेष बैठक आयोजित की गई, जिसमें शिरोमणि अकाली दल महिला विंग की प्रदेश अध्यक्ष बीबी हरगोबिंद कौर शामिल हुई और उनके साथ जिला अध्यक्ष गुरदासपुर ग्रामीण रमनदीप सिंह संधू और शहरी जिला अध्यक्ष गुरदासपुर सुरेंद्र कुमार छिंदी भी शामिल हुए। अकाली दल महिला विंग की प्रदेश अध्यक्ष बीबी हरगोबिंद कौर ने गीता शर्मा को जिला गुरदासपुर महिला विंग का अध्यक्ष नियुक्त किया। साथ ही भाजपा छोड़ने वाली गीता बूटवाल और आम आदमी पार्टी छोड़ने वाली उनकी सहयोगियों प्रीतम कौर और दर्शना रानी को शिरोमणि अकाली दल में शामिल किया गया। इस अवसर पर रमनदीप सिंह सिद्धू जी ने आश्वासन दिया कि पार्टी में शामिल होने वाले सभी सदस्यों को उचित सम्मान दिया जाएगा। नव नियुक्त जिला अध्यक्ष गीता शर्मा ने पंजाब अध्यक्ष को धन्यवाद भी दिया, तो महिला विंग की पंजाब अध्यक्ष ने क्या कुछ कहा आपको भी सुनाते हैं। ਅਕਾਲੀ ਦਲ ਦੀ ਬਟਾਲੇ ਦੇ ਵਿੱਚ ਮੀਟਿੰਗ ਕਰੀ ਹੈ ਅਸੀਂ, ਪਹਿਲੇ ਦਿਨ ਮੇਰੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਸੀਂ ਗੀਤਾ ਸ਼ਰਮਾ ਜੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ, ਅਤੇ ਇਹ ਅੱਜ ਦੀ ਮੇਰੀ ਵਿਜਿਟ ਦਾ ਮਕਸਦ ਸੀਗਾ ਕਿ ਬੀਬੀਆਂ ਨੂੰ ਲਾਮਬੰਦ ਕਰੀਏ। ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡਾ ਚੱਲ ਰਿਹਾ, ਅਸੀਂ 50% ਆਬਾਦੀ ਹੈ ਜਿਹੜੀ ਉਹਨੂੰ ਅਸੀਂ ਲਾਮਬੰਦ ਕਰ ਰਹੇ ਹਾਂ, ਜਥੇਬੰਦ ਕਰ ਰਹੇ ਹਾਂ ਅਤੇ ਸਿਆਸੀ ਤੌਰ 'ਤੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ। ਸੱਤਾਧਾਰੀ ਪਾਰਟੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਪੰਜਾਬ ਬਚਾਓ ਯਾਤਰਾ ਸੀ ਇਹ ਪਰਿਵਾਰ ਬਚਾਓ ਯਾਤਰਾ ਸੀ, ਇਸ ਲਈ ਉਹਨਾਂ ਨੇ ਤਿੰਨ ਆਪਣੇ ਰਿਸ਼ਤੇਦਾਰਾਂ ਦੇ ਘਰ ਫਿਰ ਯਾਤਰਾ ਕੱਢੀ, ਉਸ ਤੋਂ ਬਾਅਦ ਬੰਦ ਹੋ ਗਈ।
ਦੇਖੋ ਜੀ, ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਤੇ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਚ ਫੈਸਲਾ ਕੀਤਾ। ਜਿੱਦਾਂ ਅਸੀਂ ਪਹਿਲੇ ਵਾਰ ਕੀਤਾ ਡੋਰ ਟੂ ਡੋਰ ਲੋਕਾਂ ਦੇ ਘਰ ਜਾ ਕੇ ਛੋਟੀ ਛੋਟੀਆਂ ਕਮੇਟੀਆਂ ਬਣਾ ਕੇ ਸਰਕਲ ਪ੍ਰਧਾਨ ਬਣਾਉਣਾ, ਆਪਣੀ ਪਾਰਟੀ ਚ ਆਪਣੀ ਦੁਬਾਰਾ ਆਪਣੀ ਗਠਬੰਧਨ ਤਿਆਰ ਕਰਨੇ, ਜਿੰਨੇ ਵੀ ਸਾਡੀ ਛੋਟੀ ਛੋਟੀਆਂ ਗਤੀਵਿਧੀਆਂ ਸੀ, ਘਰ ਘਰ ਚ ਜਾਣਾ, ਮਹੱਲੇਦਾਰ ਆਪਣੀ ਮੀਟਿੰਗਾਂ ਕਰਨੀਆਂ, ਗਲੀ ਗਲੀ ਚ ਜਾ ਕੇ ਮੀਟਿੰਗ ਕਰਕੇ, ਫਿਰ ਪਹਿਲਾਂ ਆਪਾਂ ਆਪਣਾ ਸਰਕਲ ਪ੍ਰਧਾਨ ਬਣਾਵਾਂਗੇ, ਉਸ ਤੋਂ ਬਾਅਦ ਮੈਂ ਸਿਟੀ ਦੀ ਪ੍ਰਧਾਨ ਅਨਾਊਂਸ ਕਰੂੰਗੀ, ਫਿਰ ਆਪਣੇ ਜ਼ਿਲ੍ਹੇ ਦੀ ਟੀਮ ਜੋ ਸਾਡੇ ਬੀਬੀ ਜੀ ਕਹਿਣਗੇ ਉਹ ਹਲਕਾ ਇੰਚਾਰਜ ਦੇ ਮੁਤਾਬਿਕ ਜੋ ਸਾਨੂੰ ਸੇਵਾ ਦਿੱਤੀ ਜਾਣਗੀ ਆਪਾਂ ਪਹਿਲੇ ਉਹ ਵੀ ਨਿਭਾਵਾਂਗੇ। ਉਹ ਜੋ ਸਾਰੀ ਨੀਤੀਆਂ ਨੇ ਪਾਰਟੀ ਦੀਆਂ, ਜਿਹੜੀਆਂ ਘਰ ਘਰ ਚ, ਜਿੱਦਾਂ ਮੰਨ ਲਓ ਸਾਡੇ ਬਟਾਲੇ ਚ ਕਿੰਨੀ ਵਾਰੀ ਲੇਡੀਜ਼ ਦੇ ਮੁੱਦੇ ਚੁੱਕੇ ਗਏ ਨੇ, ਤੁਹਾਨੂੰ ਪਤਾ ਕਿ ਓਪੋਜੀਸ਼ਨ ਪਾਰਟੀ ਨੇ ਕਦੀ ਵੀ ਲੇਡੀਜ਼ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਬੱਚੀ ਦੀ ਪ੍ਰੋਬਲਮ ਆਉਂਦੀ ਹੈ, ਹਮੇਸ਼ਾ ਗੀਤਾ ਸ਼ਰਮਾ ਨੇ ਹੀ ਸਾਥ ਦਿੱਤਾ। ਮੈਨੂੰ ਇੱਕ ਵੀ ਲੇਡੀਜ਼ ਗਿਣਾ ਦਿਓ ਓਪੋਜੀਸ਼ਨ ਪਾਰਟੀ ਦੇ ਵਿੱਚੋਂ ਜਦੋਂ ਕੋਈ ਰਾਤੀ 12 ਵਜੇ ਵੀ ਥਾਣੇ 'ਚ ਲੇਡੀਜ਼। खनौरी बॉर्डर पर शुभकरण की गोली लगने से हुई मौत के बाद कई दिन बिना पोस्टमार्टम के शुभकरण का शव पटियाला के सरकारी राजेंद्र अस्पताल की मोर्चरी में रहा। किसानों की मांग है कि जब तक पुलिस प्रशासन इस मामले में एफआईआर दर्ज नहीं करती, इस पोस्टमार्टम नहीं होने देंगे और किसान एक बार फिर मोर्चरी पहुंचेंगे, क्योंकि सूचना ये भी आ रही है कि शुभकरण का पोस्टमार्टम किया जा सकता है। किसानों ने मौके पर पहुंचकर नारेबाजी की और कहा कि जब तक पुलिस प्रशासन इस मामले में एफआईआर नहीं दर्ज करती, तब तक वह पोस्टमार्टम नहीं होने देंगे। इस मौके पर किसानों ने मोर्चरी के बाहर जमकर नारेबाजी भी की। ਉਸ ਤੋਂ ਅੱਗੇ ਜਿਹੜੀ ਹੈ ਮਤਲਬ ਦੀ ਜਾਂਚ ਹੋ ਕੇ, ਜਾਂਚ ਦੇ ਵਿੱਚ ਜਿਹੜੇ ਜਿਹੜੇ ਬੰਦੇ ਉਹ ਮਤਲਬ ਹਾਂ ਉਹ ਜਿਹੜੀ ਪਰਿਵਾਰ ਦੀ ਨੌਕਰੀ 1 ਕਰੋੜ ਰੁਪਇਆ ਉਹਦਾ ਤੈਅ ਹੋ ਚੁੱਕਿਆ ਸਾਡਾ ਪਹਿਲੇ ਆਲਰੇਡੀ, ਸਿਰਫ ਇਹੀ ਸੀਗਾ ਕਿ ਉਹਦੇ ਪਹਿਲਾਂ FIR ਕੀਤੀ ਜਾਏ, FIR ਕਰਕੇ ਗੱਲ ਨੂੰ ਅੱਗੇ ਤੋਰੇ ਜਾਵਾਂਗੇ। ਨਹੀਂ ਹੁਣ ਨੀ ਆਉਂਦੇ, ਸੁਬਹਾ ਮਤਲਬ ਡੈਡ ਬੋਡੀ ਨੂੰ ਅਸੀਂ ਸੁਬਹਾ ਲੈ ਕੇ ਜਾਵਾਂਗੇ। ਦੇਖੋ ਜੀ, ਇੱਥੇ ਕੋਈ ਧੱਕਾ ਸ਼ਾਹੀ ਕਰਨ ਚਾਹੁੰਦੇ ਹੈ ਪੁਲਿਸ ਪ੍ਰਸ਼ਾਸਨ, ਇੱਥੇ ਡਾਕਟਰ ਵੀ ਆਏ ਹੈ, ਅਸੀਂ ਇਹ ਧੱਕੇ ਸ਼ਾਹੀ ਨਹੀਂ ਹੋਣ ਦੇਵਾਂਗੇ। ਇਹ ਧੱਕੇ ਨਾਲ ਉਹ ਚਾਹੁੰਦੇ ਹੈ ਵੀ ਅਸੀਂ ਇਹਦਾ ਪੋਸਟਮਾਰਟਮ ਕਰ ਦਾਂਗੇ, ਅਸੀਂ ਨਹੀਂ ਹੋਣ ਦੇਵਾਂਗੇ। ਜਿੰਨਾ ਚਿਰ ਤੱਕ ਸਾਡੇ ਹੱਥ 'ਚ ਨਹੀਂ ਆਉਂਦੀ ਹੈ ਪਾਰ, ਇੰਨਾ ਚੱਕ ਅਸੀਂ ਨਹੀਂ। ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਈ ਕਿਸੇ ਨਾਲ? ਗੱਲਬਾਤ ਹੋਈ ਹੈ ਸਰ। ਕਿਹਦੇ ਨਾਲ ਹੋਈ ਹੈ? ਸਾਡੀ ਪ੍ਰਧਾਨ ਜੀ ਨਾਲ ਗੱਲ ਹੋਈ ਹੈ, ਉਹ ਡੱਲੇਵਾਲ ਸਾਹਿਬ ਨਾਲ, ਡੱਲੇਵਾਲ ਸਾਹਿਬ ਨਾਲ ਗੱਲ ਹੋਈ ਹੈ। ਉਹ ਕਹਿੰਦੇ ਵੀ ਅਜੇ ਕੋਈ ਗੱਲ ਨਹੀਂ ਹੋਈ, ਹਾਂ ਵੀ ਤੁਸੀਂ ਕੋਈ ਉੱਥੇ ਹੋਣ ਨਹੀਂ ਦੇਣਾ ਕੁਛ, ਇਤਨਾ ਗੱਲਬਾਤ ਨਹੀਂ ਹੋਈ ਇਤਨਾ ਅਸੀਂ ਇਹਨਾਂ ਨੂੰ। खबर बठिंडा से है, जहां गलत आंसरों पर नकेल कसने के लिए मुहिम चलाई गई। मुहिम के तहत बठिंडा पुलिस के थाना तलवंडी साबो की पुलिस पार्टी द्वारा गैंगस्टर गोल्डी बराड़ का साथी नवदीप, जो कि बाहर से असेल मंगवाकर आगे सप्लाई करता था, और आरोपी को गिरफ्तार करके उसके कब्जे में से एक पिस्टल, 9 MM सहित 10 कारतूस और 4 मोबाइल फोन बरामद करके सफलता हासिल की है। आपको बता दें कि SPD अजय गांधी ने जानकारी देते हुए बताया कि थाना तलवंडी साबो की पुलिस पार्टी को गुप्त सूचना के आधार पर सूचना मिली, जिसको थाना तलवंडी साबो की पुलिस पार्टी द्वारा मौके पर काबू करके उसके कब्जे में से एक पिस्टल, 9 MM सहित 10 कारतूस और 4 मोबाइल फोन बरामद किए गए। दोषी को माननीय अदालत में पेश करके पुलिस रिमांड हासिल किया जाएगा, जिससे और भी अहम खुलासे होने की संभावना है। ਮਾਨਯੋਗ SSP ਸਾਹਿਬ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਖਿਲਾਫ਼ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ
ਇੱਕ ਵੱਡੀ ਸਫਲਤਾ ਹਾਥ ਲੱਗੀ ਜਦੋਂ ਮੁਕਦਮਾ ਨੰਬਰ 116/23 ਸੀ NDPS ਐਕਟ ਅਤੇ ਆਰਮਜ਼ ਐਕਟ ਦੇ ਕੇਸ ਦੇ ਵਿੱਚ ਨੋਮੀਨੇਟਿਡ ਅਕਿਊਜ਼ਡ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ। ਇਹਦੇ ਕੋਲੋਂ ਇੱਕ 9mm ਦਾ ਵੈਪਨ ਅਤੇ 10 ਲਾਈਵ ਰਾਊਂਡਸ ਅਤੇ 4 ਮੋਬਾਈਲ ਫੋਨ ਬਰਾਮਦ ਹੋਏ ਨੇ। ਸਾਨੂੰ ਸ਼ੱਕ ਹੈ ਕਿ ਆਹ ਹੁਣ ਤਲਵੰਡੀ ਸਾਬੋ ਏਰੀਏ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਘੁੰਮਣ ਰਿਹਾ ਸੀ ਅਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਇਹਨੂੰ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ 'ਤੇ ਅਰੈਸਟ ਕਰ ਲਿਆ। ਇਹਨੂੰ ਅੱਜ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਇਹ ਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਗੁਰਦਾਸਪੁਰ ਮੇਂ ਰਵਿਦਾਸ ਮੰਦਿਰ ਕੇ ਪੁਜਾਰੀ ਕੇ ਸਾਥ ਕੁਛ ਲੋਗੋਂ ਨੇ ਮਾਰਪੀਟ ਕੀ, ਲੇਕਿਨ 4 ਦਿਨ ਬੀਤ ਜਾਣੇ ਕੇ ਬਾਅਦ ਵੀ ਪੁਲਿਸ ਨੇ ਸ਼ਿਕਾਇਤ ਦਰਜ ਨਹੀਂ ਕੀ, ਜਿਸਕੇ ਖਿਲਾਫ ਸਮੁਦਾਇ ਨੇ SSP ਕਾਰਯਾਲਯ ਪਰ ਧਰਨਾ ਦਿਆ। ਐਸੀ ਸਮੁਦਾਇ ਨੇ ਬਤਾਇਆ ਕਿ ਯਹਾਂ ਗੁਰੂ ਰਵਿਦਾਸ ਜੀ ਕਾ ਮੰਦਿਰ ਹੈ, ਯਹਾਂ ਕੇ ਕੁਛ ਸ਼ਰਾਰਤੀ ਤੱਤਵ ਸ਼ਰਾਬ ਪੀ ਕਰ ਆਏ ਥੇ, ਉਨ੍ਹੋਂਨੇ ਪੁਜਾਰੀ ਕੇ ਸਾਥ ਬਹੁਤ ਮਾਰਪੀਟ ਕੀ ਜਿਸਮੇਂ ਪੁਜਾਰੀ ਕੀ ਮੌਤ ਹੋ ਗਈ। ਇਤਨੀ ਬੜੀ ਘਟਨਾ ਹੋਣੇ ਕੇ ਬਾਅਦ ਵੀ ਪੁਲਿਸ ਪ੍ਰਸ਼ਾਸਨ ਕੀ ਤਰਫ ਸੇ ਕੋਈ ਕਾਰਵਾਈ ਨਹੀਂ ਕੀ ਗਈ ਹੈ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ DSP ਨੇ ਕਿਹਾ ਕਿ ਜੋ ਵੀ ਆਵਸ਼ਕ ਕਾਨੂੰਨੀ ਕਾਰਵਾਈ ਹੋਗੀ ਵਹ ਕੀ ਜਾਏਗੀ ਔਰ ਆਰੋਪੀਓਂ ਕੋ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਮਸਲਾ ਇਹ ਹੋਇਆ ਸੀਗਾ ਜੀ, ਸਾਡਾ ਪਿੰਡ ਭੰਗਵਾਂ ਤੋਂ, ਮੈਂ ਰਜੇਸ਼ ਭੰਗਵਾਂ, ਮੇਰਾ ਪਿੰਡ ਭੰਗਵਾਂ ਅਤੇ ਮੇਰੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਹੈ ਅਤੇ ਉੱਥੇ ਜਿਹੜੇ ਸਾਡੇ ਪਿੰਡ ਦੇ ਸ਼ਰਾਰਤੀ ਅਨਸਰ ਸੀਗੇ ਜਿਹੜੇ, ਉਹ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਸ਼ਰਾਬ ਪੀ ਕੇ ਅਤੇ ਉਹਨਾਂ ਨੇ ਬੰਦੇ ਵੀ ਲੈ ਕੇ ਆਏ ਅਤੇ ਉਹਨਾਂ ਨੇ ਸਾਡਾ ਜਿਹੜਾ ਉੱਥੇ ਪਾਠੀ ਸੀਗੇ ਸ਼੍ਰੀ ਮੋਹਨ ਲਾਲ ਜੀ ਐਕਸ ਸੂਬੇਦਾਰ, ਉਹ ਪਿਛਲੇ 11-12 ਸਾਲ ਤੋਂ ਉੱਥੇ ਮੰਦਿਰ ਦੇ ਵਿੱਚ ਪਾਠ ਪੂਜਾ ਕਰਦੇ ਨੇ, ਉਹਨਾਂ ਨੂੰ ਉੱਥੇ ਬਹੁਤ ਮਾਰ ਕੁਟਾਈ ਕੀਤੀ ਉਹਨਾਂ ਦੀ, ਅਤੇ ਇਹ ਬੜੀ ਵੱਡੀ ਬੇਅਦਬੀ ਸੀਗੀ ਸਾਡੇ ਵਾਸਤੇ, ਸਾਡੀ ਕੌਮ ਵਾਸਤੇ, ਸਾਡੇ ਸਮਾਜ ਵਾਸਤੇ, ਵੀ ਉਹਨਾਂ ਦੀ ਬੇਅਦਬੀ ਜਿਹੜੀ ਉਹਨਾਂ ਨੂੰ ਕੁੱਟਿਆ ਗਿਆ। ਪੁਜਾਰੀ ਕੋ ਕੁਛ ਦਿਨ ਪਹਿਲੇ ਪੀਟਾ ਗਿਆ ਥਾ ਔਰ ਇਸ ਪਿਟਾਈ ਮੇਂ ਪੁਜਾਰੀ ਕੀ ਮੌਤ ਹੋ ਗਈ ਹੈ, ਜਿਸ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀ ਹੈ, ਜਿਸ ਕੋ ਲੇਕਰ ਲੋਗੋਂ ਨੇ ਧਰਨਾ ਪ੍ਰਦਰਸ਼ਨ ਕੀਆ ਹੈ ਔਰ ਕਾਰਵਾਈ ਕੀ ਮੰਗ ਕੀ ਹੈ। ਪੁਜਾਰੀ ਕੇ ਸਾਥ ਹੋਈ ਪਿਟਾਈ ਮੇਂ ਪੁਜਾਰੀ ਕੀ ਮੌਤ ਹੋ ਗਈ ਥੀ, ਜਿਸ ਕੋ ਲੇਕਰ ਲੋਗੋਂ ਨੇ ਧਰਨਾ ਪ੍ਰਦਰਸ਼ਨ ਦੀਆ ਹੈ ਔਰ ਪੁਲਿਸ ਸੇ ਕਾਰਵਾਈ ਕੀ ਮੰਗ ਕੀ ਹੈ। समराला के पुनिया गांव में कल रात एक परिवार के 3 सदस्यों में खूनी झड़प हुई, जिसमें दलवीर सिंह उम्र 30 वर्ष ने अपने बड़े भाई जगदीप सिंह की पीट पीट कर हत्या कर दी और उसके पिता राम सिंह को गंभीर रूप से घायल कर दिया। घायल पिता राम सिंह को चंडीगढ़ के सरकारी अस्पताल में रेफर किया गया है। समराला पुलिस ने मृतक के शव को अपने कब्जे में भी ले लिया है और बता दें कि मृतक जगदीप सिंह ने करीब 2 साल पहले अपनी माँ की हत्या भी कर दी थी और 4 महीने पहले ही वो जेल से वापस आया था। प्रगट सिंह ने बताया कि बीती रात उसका छोटा भाई दलबीर सिंह मृतक जगदीप सिंह के घर आया और दोनों के बीच झगड़ा हो गया, जिसमें जगदीप सिंह की मौत हो गई और उसका पिता राम सिंह गंभीर रूप से घायल हो गया। प्रगट सिंह ने यह भी कहा कि ये तीनों नशे के आदी थे। थाना प्रभारी ने बताया कि आरोपी दलबीर सिंह को पुलिस ने गिरफ्तार कर लिया है और मामला दर्ज कर आगे की कार्रवाई शुरू कर दी है। ਪਹਿਲਾਂ ਜਿਹੜਾ ਇਹਦਾ ਵੱਡਾ ਭਰਾ ਸੀ, ਇਹ ਤੋਂ ਮਾਤਾ ਦੀ ਕੱਟਾ ਸੁਣ ਲੱਗਣ ਦਾ ਡੈਥ ਹੋ ਗਈ ਸੀ। ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ, ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ।
ਉਸ ਤੋਂ ਬਾਅਦ ਫਿਰ ਇਹ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਅਤੇ ਹੁਣ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ ਅਤੇ ਰਾਤ ਕਿਤੇ 8-9 ਕੁ ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਅਤੇ ਜਿਹੜਾ ਪਿਓ ਸੀ ਉਹ ਜ਼ਖਮੀ ਪਿਆ ਹੋਸਪਿਟਲ ਉਹਦੀ ਡੈਥ ਹੋਈ ਹੈ। ਪਿੰਡ ਪੂਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਹੈ ਦਲਵੀਰ ਸਿੰਘ ਦਾ। ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੱਬਲਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ। ਇਹ ਕੱਲ ਸ਼ਾਮ ਰਾਤ 9:30 ਵਜੇ। तो फिलहाल इस बुलेटिन में हमारे साथ बस इतना ही। नमस्कार।